ਹਾਂਜੀ ਭਾਰ ਜੀ ਦੱਸੋ ਤੁਹਾਡਾ ਜਿਹੜਾ ਇਹ ਭਾਰ ਘਟਾਉਣ ਦਾ ਆਪਾਂ ਕੀਤਾ ਸੀ ਐਮ ਜੀ ਵੀ ਕਦੋਂ ਹੋਈ ਸੀ ਸਰਜਰੀ ਇਹ ਸਰ 2012 ਚ ਹੋਈ ਸੀ ਅੱਛਾ ਲਗ 11 ਸਾਲ ਹੋ ਗਏ ਹਨ ਹਾਂਜੀ ਹਾਂਜੀ ਤੇ ਕਿੰਨਾ ਵਜ਼ਨ ਹੁੰਦਾ ਸੀ ਉਹ ਤੁਹਾਡਾ 1 ਕਵਾਂਟਲ 40 ਕਿਲੋ ਤੇ ਲਗਭਗ ਸੀ ਅੱਛਾ ਤੇ ਅੱਜ ਆਪਾਂ ਦੇਖਿਆ ਅੱਜ ਹੈਗਾ ਤੁਹਾਡਾ 84 ਹੈ ਨਾ ਹਾਂਜੀ ਹਾਂਜੀ ਉਦੋਂ ਕੀ ਤੁਹਾਨੂੰ ਪ੍ਰੋਬਲਮਸ ਕੀ ਸੀਗੀਆਂ ਉਸ ਵੇਲੇ ਉਦੋਂ ਪ੍ਰੋਬਲਮ ਸੀ ਸਾਹ ਚੜਦਾ ਸੀ ਬਲੱਡ ਪ੍ਰੈਸ਼ਰ ਵੱਧਦਾ ਸੀ ਇਹ ਪ੍ਰੋਬਲਮ अच्छा ਤੇ ਖਾਣ ਪੀਣ ਦਾ ਕਿਵੇਂ ਆ ਤੁਹਾਡਾ ਐ ਤਾਂ ਨਹੀਂ ਤੁਹਾਨੂੰ ਲੱਗਦਾ ਵੀ ਖਾਦਾ ਨਹੀਂ ਜਾਂਦਾ ਜਾਂ ਇੱਕ ਟਾਈਮ ਤੇ ਨਾਰਮਲ ਇਨਸਾਨ ਦੀ ਤਰ੍ਹਾਂ ਪਹਿਲਾਂ ਵਾਂਗੂ ਹੀ ਆ ਇਹ ਸਾਰਾ ਕੁਝ ਦੋ ਤਿੰਨ ਚਾਰ ਰੋਟੀਆਂ ਖਾਜੋਗੇ ਇੱਕ ਵਾਰੀ ਚ ਖਾਣਗੇ ਜਾਂ ਨਹੀਂ ਖਾਜਾਂਗੇ اچھا ਤੇ ਫਿਰ weight ਕਿਦਾਂ ਮੈਂਟੇਨ ਰੱਖਦੇ ਹੋ ਵਾਧਾ ਨਹੀਂ ਹੈਗਾ ਵਾਧਾ ਨਹੀਂ ਬਸ ਉੱਤੇ ਬਸ ਅਸੀਂ 80 80 ਹੋ ਜਾਂਦਾ 70 ਤੇ ਆ ਜਾਂਦਾ ਫੇਰ ਅਸੀਂ 80 80 ਲੈਟਰਿੰਜ ਕੋਈ ਤੇਲ ਵਗੈਰਾ ਨਿਕਲਦਾ ਜੇ ਜੇ ਜਿਆਦਾ ਮੱਖਣ ਮੱਖਣ ਖਾ ਕੇ ਦੇਖਿਆ ਕਿ ਨਹੀਂ ਹਾਂ ਖਾਂ ਨਹੀਂ ਨਾਰਮਲ ਡੇਲੀ ਖਾਣਾ ਹੀ ਅੱਛਾ ਮੱਖਣ ਸਾਗ ਚ ਤੜਕਾ ਤੜਕਾ ਲਾ ਕੇ ਸਭ ਖਾਂਦੇ ਆ ਫਿਰ ਤੁਹਾਨੂੰ ਕੀ ਲੱਗਦਾ ਵੀ ਫਿਰ ਕੀ ਫਰਕ ਕੀ ਹੋਇਆ ਇਹਦਾ ਮਤਲਬ ਪਹਿਲਾਂ ਕੁਝ ਆਪਣੇ ਅੰਦਰ ਐਸਾ ਸੀ ਜਿਹੜਾ ਜ਼ਿਆਦਾ ਜਮਾ ਕਰੀ ਜਾਂਦਾ ਸੀ ਹਾਂਜੀ ਹਾਂਜੀ ਸੋ ਆਪਾਂ ਇਹੀ ਜਿਹੜੀ ਸਰਜਰੀ ਆ ਬੇਸਿਕਲੀ ਆਪਾਂ ਇਹ ਕਹਿ ਦਈਏ ਕਿ ਆਮ ਤਾਪਾਂ ਕਹਿੰਦੇ ਵੀ ਇਹ ਕੁਦਰਤ ਦੇ ਉਲਟਾ ਹੈ ਪਰ ਮੈਂ ਕਹਾਂਗਾ ਇਹ ਕੁਦਰਤ ਦੇ ਨਾਲ ਹੈ ਕਿਉਂਕਿ ਕੁਦਰਤ ਵੀ ਇਹੀ ਚਾਹੁੰਦੀ ਹੈ ਵੀ ਤੁਸੀਂ ਇੰਨਾ ਨਾ ਭਾਰ ਜਮਾ ਕਰੋ ਪਰ ਇਹ ਆ ਕਿ ਆਪਣਾ ਡਿਜ਼ਾਈਨ ਪੁਰਾਣਾ ਬਣਿਆ ਹੋਇਆ ਉਹ ਅੰਤਰੀ ਲੰਬੀ ਬਹੁਤ ਆ ਉਹ ਜਮਾ ਕਰੀ ਜਾਂਦੀ ਹੈ ਅੱਛਾ ਜਮਾ ਕਰਦੇ ਕਰਦੇ ਫਿਰ ਨਾਲ ਆ ਸਾਰੀਆਂ ਬਿਮਾਰੀਆਂ ਨੇ ਕਿਸੇ ਨੂੰ ਬਲੱਡ ਪ੍ਰੈਸ਼ਰ 슈ਗਰ ਹੁਣ ਜਿਹੜੇ ਅੱਜ ਤੁਸੀਂ ਦੋਸਤ ਆਪਣੇ ਲੈ ਕੇ ਆਏ ਹੋ ਉਹ ਘਰਾੜੇ ਵੱਜਦੇ ਆ ਸਾਰ ਰੁਕਦਾ ਇਹ ਆਪਣੇ ਆਮ ਹੀ ਆ ਆਪ ਸੁਣਦੇ ਕਬੱਡੀ ਖਿਡਾਰੀ ਸੀਗਾ ਜੀ ਹਾਂਜੀ ਹਾਂਜੀ ਰਾਤ ਨੂੰ ਸਾਰ ਰੁਗ ਗਿਆ ਤੁਹਾਨੂੰ ਵੀ ਘਰਾੜੇ ਵੱਜਦੇ ਸੀ ਪਹਿਲਾਂ ਹਾਂਜੀ ਹਾਂਜੀ ਹੁਣ ਹੁਣ ਤਾਂ ਨਹੀਂ ਵੱਜਦੇ ਇਹ ਤਾਂ ਨੋਰਮਲ ਆ ਵੀਟਾਮਿਨ ਵਿਰਾ ਵੀ ਖਾਂਦੇ ਰਿਆ ਕਰੋ ਠੀਕ ਹੈ 6 ਮਹੀਨੇ ਚ ਇੱਕ ਵਾਰੀ ਟੈਸਟ ਜ਼ਰੂਰ ਕਰਾਉਣੇ